ਪਾਰਟੀ ਵੱਲੋਂ ਕਾਂਗਰਸ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪਾਰਟੀ ਦੇ ਕਈ ਅਹੁਦੇਦਾਰ ਵੀ ਮੌਜੂਦ ਰਹੇ। ਮਾਮਲਾ ਇੰਨਾ ਭੱਗ ਗਿਆ ਕਿ ਭਾਰੀ ਪੁਲਿਸ ਬਲ ਤੈਨਾਤ ਹੋ ਗਿਆ ਅਤੇ ਸੈਂਕੜਾ ਵਰਕਰਾਂ ਨੇ ਆਪਣੀਆਂ ਗ੍ਰਿਫਤਾਰੀਆਂ ਵੀ ਦਿੱਤੀਆਂ। ਸੋ ਅੱਜ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਸਾਡੇ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਦੇ ਘਰ ਦੇ ਬਾਹਰ ਧਰਨਾ ਲਾਇਆ ਗਿਆ। ਸੋ ਬੜੀ ਅੱਜ ਜਿਹੜੀ ਉਸ ਜਿਹੜੀ ਗੱਲ ਇੱਕ ਵੱਖਰੀ ਹੋਈ ਆ ਵੀ ਅੱਜ ਤੱਕ ਧਰਨੇ ਲੱਗਦੇ ਆ ਕੋਈ ਫੇਸ ਕਰਨ ਤੋਂ ਸਾਰੀਆਂ ਪਾਰਟੀਆਂ ਭੱਜਦੀਆਂ ਆਈਆਂ ਨੇ, ਪਰ ਸਾਡੀ ਪਾਰਟੀ ਕੋਲੋਂ ਆਸ਼ੂ ਜੀ ਦੇ ਪਰਿਵਾਰ ਵੱਲੋਂ, ਲੁਧਿਆਣੇ ਸ਼ਹਿਰ ਦੇ ਮੇਅਰ ਸਾਹਿਬ ਵੱਲੋਂ, ਸਾਰੇ ਕੌਂਸਲਰਾਂ ਵੱਲੋਂ ਉਹਨਾਂ ਦੇ ਧਰਨੇ ਨੂੰ ਫੇਸ ਕੀਤਾ। ਜਾ ਕੇ ਉਹਨਾਂ ਨੂੰ ਚਾਹ ਪਾਣੀ ਵੀ ਪੁੱਛਿਆ ਗਿਆ ਅਤੇ ਨਾਲ ਇਹ ਵੀ ਪੁੱਛਿਆ ਗਿਆ ਵੀ ਤੁਸੀਂ ਜੇ ਇੱਥੇ ਆਏ ਹੋ ਤਾਂ ਕੋਈ ਨਾ ਕੋਈ ਸਬੂਤ ਤਾਂ ਲੈ ਕੇ ਆਈ ਹੋਊਗੇ। ਸੋ ਇਕੱਲੀ ਰਾਜਨੀਤੀ ਨਾ ਕਰੋ, ਜੇ ਤੁਸੀਂ ਇੱਥੇ ਸਬੂਤ ਲੈ ਕੇ ਆਏ ਹੋ ਸਾਰੇ ਮੀਡੀਆ ਨੂੰ ਦਿਓ, ਸਾਰੀ ਪਬਲਿਕ ਨੂੰ ਦਿਓ, ਸਾਡੇ ਹਲਕੇ 'ਚ ਦਿਓ, ਤਾਂ ਕਿ ਲੋਕਾਂ ਨੂੰ ਪਤਾ ਤਾਂ ਲੱਗੇ ਯਾਰ ਵੀ ਰੌਲਾ ਕੀ ਆ। ਅਸਲ ਦੇ ਵਿੱਚ ਜਿਸ ਪ੍ਰੋਜੈਕਟ ਨੂੰ ਲੈ ਕੇ ਇਹ ਰੌਲਾ ਪਾਉਂਦੇ ਆ ਰਹੇ ਨੇ, ਉਹ ਪ੍ਰੋਜੈਕਟ ਉਸ ਪਰਿਵਾਰ ਦਾ ਜੱਦੀ, ਉਹਨਾਂ ਦੀ ਜੱਦੀ ਜ਼ਮੀਨ ਆ ਜਿੱਥੇ ਅਗਲੇ ਨੇ ਪ੍ਰੋਜੈਕਟ ਲਾਇਆ। ਜੇ ਇਹ ਕਹਿੰਦੇ ਆ ਜੀ CLU ਤੁਸੀਂ 85 ਲੱਖ ਜਮ੍ਹਾਂ ਕਰਾਇਆ ਜਾਂ 75 ਲੱਖ ਜਮ੍ਹਾਂ ਕਰਾਇਆ, ਵੀ ਤੁਸੀਂ ਦੱਸ ਦਿਓ ਕਿੰਨਾ ਬਣਦਾ ਸੀਗਾ, ਕੁਛ ਤਾਂ ਸਾਹਮਣੇ ਲੈ ਕੇ ਆਓ ਨਾ ਜੀ। CLU ਜੇ 2 ਕਰੋੜ ਬਣਦਾ ਸੀ ਤਾਂ ਅਸੀਂ ਘੱਟ ਕਰਾਇਆ ਉਹ ਦੱਸ ਦਿਓ, CLU ਨਹੀਂ ਹੋਇਆ ਉਹ ਦੱਸ ਦਿਓ। ਕੋਈ ਚੀਜ਼ ਉਹਨਾਂ ਦੇ ਕੋਲ ਜਵਾਬ ਨਹੀਂ ਸੀ, ਸਿਰਫ ਅਤੇ ਸਿਰਫ ਉਹ ਲਾਹਾ ਲੈਣ ਦੀ ਖਾਤਰ। ਅਤੇ ਪਰਸੋਂ ਨੂੰ 7 ਤਰੀਕ ਨੂੰ ਕੋਰਟ 'ਚ ਹੈਗੀ ਆ ਤਰੀਕ, ਅਤੇ ਉਹਦਾ ਪ੍ਰੈਸ਼ਰ ਡਿਵੈਲਪ ਕਰਨ ਦੀ ਖਾਤਰ ਆਏ ਨੇ। ਹੁਣ ਜਵਾਬ ਦੇਣਾ ਪੈਣਾ ਕਿਉਂਕਿ ਹੁਣ ਤੱਕ ਉਹਨਾਂ ਲੋਕਾਂ ਦੇ ਉਂਗਲੇ ਚੱਕਦੇ ਆਏ ਨੇ ਜਿਹੜੇ ਲੋਕ ਬੇਈਮਾਨ ਨੇ ਅਤੇ ਉਹ ਭੱਜ ਲੈਂਦੇ ਨੇ, ਅਤੇ ਇੱਥੇ ਐਤਕੀ ਪੁੱਠਾ ਜੱਭ ਪੈ ਗਿਆ। ਭੱਜਣਾ ਇਹਨਾਂ ਨੂੰ ਪੈਣਾ ਐਤਕੀ ਕਿਉਂਕਿ ਹੈ ਕੁਛ ਨਹੀਂ, ਰੌਲਾ ਵੱਧ ਪਾ ਬੈਠੇ ਅਤੇ ਹੁਣ ਜਵਾਬ ਦੇਣ ਨੂੰ ਹੈ ਨਹੀਂ। ਅਤੇ ਹੁਣ ਕਿਸੇ ਨਾ ਕਿਸੇ ਤਰੀਕੇ ਇਹ ਪ੍ਰੈਸ਼ਰ ਬਣਾ ਕੇ ਗੱਲ ਨੂੰ ਨੇੜੇ ਲਾਉਣਾ ਚਾਹੁੰਦੇ ਆ, ਬਿਲਕੁਲ ਨਹੀਂ। ਕੋਰਟ ਦੇ ਵਿੱਚ ਗਿਆ ਮਸਲਾ, ਉੱਥੇ ਕੋਰਟ ਦੇ ਵਿੱਚ ਹੀ ਗੱਲ ਕਰਾਂਗੇ, ਉੱਥੇ ਹੀ ਸਾਰੇ ਸਬੂਤ ਰੱਖਾਂਗੇ, ਉੱਥੇ ਹੀ ਸਾਰੀ ਇਹ ਜਵਾਬ ਦੇਣ, ਤਾਂ ਸਾਰੀ ਗੱਲ ਸਾਹਮਣੇ ਆ ਜੂਗੀ। ਕਰਵਲ ਸਾਹਿਬ ਕਹੀਂ ਨਾ ਕਹੀਂ ਉਸ ਵਿੱਚ ਆਪਕਾ ਨਾਮ ਆ ਰਿਹਾ, ਕਿਆ ਰੀਜ਼ਨ ਕਿਆ ਆਪਕਾ ਨਾਮ ਕਿਉਂ? ਮੈਂ ਇੱਕ ਗੱਲ ਦੱਸਾਂ ਜੀ, ਜਿਹੜਾ ਬੰਦਾ ਸਟੈਂਡ ਨਹੀਂ ਨਾ ਲੈਂਦਾ ਆਪਣੇ ਪਾਰਟੀ ਲਈ, ਆਪਣੇ ਵਰਕਰਾਂ ਲਈ, ਉਹ ਲੀਡਰ ਖਤਮ ਹੋ ਜਾਇਆ ਕਰਦਾ। ਸੋ ਮੇਰਾ ਜੇ ਨਾਂ ਆਉਂਦਾ ਬਿਲਕੁਲ ਆਵੇ, ਮੈਨੂੰ ਕਿਸੇ ਗੱਲ ਦਾ ਡਰ ਨਹੀਂ ਮਾਰਿਆ। ਮੈਂ ਆਪਣੇ ਸਪੋਰਟਰਾਂ ਲਈ, ਆਪਣੇ ਵੋਟਰਾਂ ਲਈ, ਜਿਹੜੇ ਬੰਦੇ ਯਾਰ ਤੁਹਾਡੇ ਝੰਡੇ ਚੱਕ ਕੇ ਗਲੀ ਗਲੀ ਤੁਰੇ ਫਿਰਦੇ ਰਹੇ ਆ, ਅਤੇ ਤੁਸੀਂ ਅੱਜ ਉਹਨਾਂ ਲਈ ਨਹੀਂ ਬੋਲੋਗੇ? ਅਤੇ ਤੁਸੀਂ ਕਹੋ ਜੀ ਮੇਰੇ ਪੈਰਾਂ ਨੂੰ ਸੇਕ ਨਾ ਲੱਗ ਜੇ, ਤੂੰ ਚਾਹੇ ਮਰਦਾ ਮਰ ਜੇ, ਕਿਉਂ? ਸੋ ਤੁਸੀਂ ਦੱਸੋ ਇਹ ਸਹੀ ਆ? ਸੋ ਅੱਜ ਸਾਡੇ ਪਾਰਟੀ ਦੇ ਜਿਹੜੇ ਵਰਕਰਾਂ ਨਾਲ ਜੇ ਕਿਤੇ ਧੱਕਾ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉੱਥੇ ਅਸੀਂ ਆਪਣੀ ਪਾਰਟੀ ਦੇ ਵਰਕਰਾਂ ਨਾਲ ਬਿਲਕੁਲ ਹਿੱਕ ਠੋਕ ਕੇ ਖੜਾਂਗੇ। ਉਹਨਾਂ ਦੀ ਕਿਤੇ ਵੀ ਕੋਈ ਦਿੱਕਤ ਆਉਂਦੀ ਹੈ, ਉਹਨਾਂ ਦੀ ਮੁਸੀਬਤ ਆ, ਉਹਨਾਂ ਦੇ ਨਾਲ ਕਰਕੇ ਉਹਦਾ ਜਵਾਬ ਦੇਵਾਂਗੇ, ਪਰ ਨਜਾਇਜ਼ ਨਹੀਂ। ਇਹ ਵੀ ਗੱਲ ਨਾਲ ਕਹਿ ਰਿਹਾ, ਇਹ ਨਹੀਂ ਵੀ ਨਜਾਇਜ਼। ਜੇ ਸਾਡੇ ਬੰਦਿਆਂ ਦੀ ਕਿਤੇ, ਸਪੋਰਟਰਾਂ ਦੀ ਕਿਤੇ ਗਲਤੀ ਆ, ਉਹ ਸਾਡਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ, ਤਾਂ ਮੈਂ ਕਹਿੰਦਾ ਸਾਹਮਣੇ ਲੈ ਕੇ ਆਓ ਯਾਰ, ਤੁਸੀਂ ਸਾਹਮਣੇ ਤਾਂ ਕੁਛ ਲੈ ਕੇ ਨਹੀਂ ਆਉਂਦੇ, ਬਿਨਾਂ ਗੱਲਬਾਤ ਤੋਂ ਚੋਰ 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 ਚੋਰ। ਸੋ ਇਹ ਗੱਲ ਚੰਗੀ ਨਹੀਂ ਬਾਜੀ। ਕਰਵਲ ਸਾਹਿਬ ਆਪਣੇ ਕਈ ਨਾ ਕਈ ਮੀਡੀਆ ਸੇ ਵੀ ਇਹ ਬਾਤ ਕਹੀ ਹੈ ਕਿ ਇਸਮੇ ਸਾਜਿਸ਼ ਹੋਈ ਹੈ, ਹਾਂ, ਤੋ ਕਿਸ ਤਰੀਕੇ ਸੇ ਕਹਿ ਸਕਤੇ ਹੈ ਸਾਜਿਸ਼ ਕਰਨੇ ਵਾਲਾ ਕੌਣ? ਇਹ ਸਾਜਿਸ਼ ਉਹੀ ਸੱਜਣ ਕਰੂ ਜਿਹਦੀ 30,000 ਤੋਂ 15,000 ਵੋਟ ਰਹਿ ਗਈ, ਜਿਹਦੇ 10 ਕੌਂਸਲਰਾਂ ਤੋਂ 2 ਕੌਂਸਲਰ ਰਹਿ ਗਏ, ਕਾਂਗਰਸ ਪਾਰਟੀ ਦੇ ਆਤਮ ਨਗਰ 'ਚ 8 ਕੌਂਸਲਰ ਜਿੱਤ ਗਏ। ਸੋ ਉਹੀ ਕਰੂ, ਹੋਰ ਤੀਜੇ ਹਲਕੇ ਵਾਲੇ ਨੂੰ ਤਾਂ ਕੋਈ ਜ਼ਿਆਦਾ ਜ਼ਰੂਰਤ ਹੈ ਨਹੀਂ, ਅਤੇ ਜਾਂ ਜਦੋਂ ਉਹਦੇ ਦੋਸਤ ਮਿੱਤਰ ਨੇ ਉਹ ਕਰਨਗੇ। ਇਹ ਤਾਂ ਉਹੀ ਦੱਸ ਸਕਦਾ ਵੀ ਕਿਉਂ ਨਹੀਂ ਬੋਲਦਾ, ਜਾਂ ਤਾਂ ਉਹਨੂੰ ਕੋਈ ਡਰ ਲੱਗਦਾ ਹੋਊਗਾ ਵੀ ਕੋਈ ਗੱਲ ਨਾ ਬੋਲਦਾ। ਇਨਡਾਇਰੈਕਟਲੀ ਆਪ ਬੋਲ ਰਹੇ, ਕਿਸ ਦਾ ਨਾਮ ਲੈਣਾ ਚਾਹਦੇ? ਨਹੀਂ, ਇਨਡਾਇਰੈਕਟਲੀ ਕਿਉਂ ਬੋਲਦਾ, ਮੈਂ ਤਾਂ ਕਹਿਣਾ
ਜਿਹੜਾ ਲੋਕ ਇਨਸਾਫ ਪਾਰਟੀ ਦਾ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਮੈਂ ਕਦੋਂ ਇਨਡਾਇਰੈਕਟਲੀ ਕਹਿੰਦਾ, ਮੈਂ ਸਿਰਫ ਆਪਣੀ ਸਕਿਨ ਬਚਾਉਣ ਦੀ ਖਾਤਰ, ਜੇ ਏਡਾ ਸਟਰੋਂਗ ਆ ਤਾਂ ਮੈਂ ਤਾਂ ਉਹਨੂੰ ਕਹਿਣਾ ਵੀ ਤੂੰ MP ਦੀ ਇਲੈਕਸ਼ਨ ਲੁਧਿਆਣੇ ਲੜ, ਐਤਕੀ ਕਿਉਂ ਭੱਜਣ ਦੇ ਬਹਾਨੇ ਬਣਾ ਰਿਹਾ। ਸੋ ਐਤਕੀ MP ਦੀ ਇਲੈਕਸ਼ਨ ਕਿਸੇ ਹੋਰ ਦੀ ਬਲੀ ਦੇਣ ਲਈ ਮੂਹਰੇ ਲੈ ਕੇ ਆਊ, ਕਿਉਂਕਿ ਹੁਣ ਪਤਾ ਵੀ ਐਤਕੀ ਹੋਣਾ ਕੀ ਆ। ਜੋ ਸਾਡੀ ਕਾਂਗਰਸ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਜੀ ਦਾ ਲੋਕਾਂ ਦੇ ਵਿੱਚ ਪਿਆਰ ਸਤਿਕਾਰ ਆ, ਸੋ ਅੱਜ ਉਹਨੂੰ ਡਰਦੇ ਹੋਏ ਦੇਖਦੇ ਹੋਏ ਅੱਜ ਉਹ ਭੱਜਣ ਲਈ ਉਹਨੂੰ ਰਾਹ ਨਹੀਂ ਲੱਭਦਾ, ਕੋਈ ਨਾ ਕੋਈ ਬਹਾਨਾ ਬਣਾ ਕੇ ਦੇਖੇ ਲੁਧਿਆਣਾ ਛੱਡ ਕੇ ਭੱਜੂ। इसी दौरान जो है गिरफ्तारियां भी की गई हैं, क्या लगता है आपको पुलिस प्रशासन जो है कैसा सलूक कर रहा है आम आदमी के साथ? पुलिस प्रशासन जो है वो भी उन्हीं के साथ मिला हुआ है, हमारे लोगों ने खुद गिरफ्तारी दी है, क्योंकि वो ये दिखाना चाहते हैं कि भाई जो भी न्याय है न्याय के तहत हर एक को काम करना चाहिए, चाहे वो मंत्री हो या पुलिस हो, सबको संविधान के अनुसार चलना चाहिए। ठीक है जी मैम, ਕੀ ਨਾਮ ਆਪਣਾ, ਕੀ ਤੁਹਾਡਾ ਧੱਕੇਸ਼ਾਹੀ ਹੋਈ ਹੈ? ਸਰ ਮੇਰਾ ਨਾਮ ਜਗਿੰਦਰ ਕੌਰ ਸੰਧੂ ਹੈ, ਮੈਂ 1972 ਤੋਂ ਪ੍ਰਦੇਸ਼ ਰਹਿੰਦੀ ਹਾਂ, ਹੁਣ ਅਸੀਂ 1984 ਤੋਂ ਫਰਾਂਸ ਰਹਿੰਦੇ ਹਾਂ। ਇੱਥੇ ਪੰਜਾਬ ਮਾਤਾ ਨਗਰ ਪੱਖੋਵਾਲ ਰੋਡ 'ਤੇ ਮੇਰੀ ਪ੍ਰੋਪਰਟੀ ਆ, ਜਿਹੜਾ ਇਹਨਾਂ ਨੇ ਇੱਕ ਮਾਫੀਆ ਬਣਾਇਆ ਹੋਇਆ ਜਸਵਿੰਦਰ ਜੱਸੀ ਵਿਸ਼ਾਲ ਨਗਰ ਦਾ, ਉਹ ਆਪਣੇ ਆਪ ਨੂੰ ਫਾਈਨੈਂਸਰ ਕਹਿੰਦਾ ਬਟ ਕੁਛ ਨਹੀਂ ਹੈਗਾ, ਉਹਦੇ ਤੋਂ ਇਹ ਸਾਰੀ ਇਹ ਲੁੱਟ ਖੋਹ ਕਰਾ ਰਹੇ ਹੈਗੇ ਆ, ਜਿਹੜੇ ਵੱਡੇ ਪੁਲਿਸ ਵਾਲੇ ਆ ਜਾਂ ਜੋ ਵੀ ਉਹਨਾਂ ਦੇ ਨਾਲ। ਤੁਸੀਂ ਦੱਸੋ ਮੈਨੂੰ, ਜਦੋਂ ਅਸੀਂ ਚੀਫ ਮਿਨਿਸਟਰ ਨੂੰ ਮਿਲੇ, ਚੀਫ ਮਿਨਿਸਟਰ ਨੇ ਅੱਗੇ DGP ਕੋ ਭੇਜਿਆ, DGP ਇਨਸਾਫ਼ ਨਹੀਂ ਕਰ ਸਕਿਆ, ਉਹਦੇ 'ਤੇ ਇੱਕ ਬੋਗਸ FIR ਦੀ ਉੱਥੇ ਡਿਪਾਰਟਮੈਂਟ ਨੂੰ ਪਾਸੇ ਕਰਤਾ। ਸੋ ਇਹਨਾਂ ਨੇ ਜਿੰਨਾ ਭਜਾਉਣਾ ਸੀ ਮੈਨੂੰ ਭਜਾ ਲਿਆ, ਹੁਣ ਆ ਗਈ ਆ ਅਖੀਰ ਵੀ ਇਹਦਾ ਕਤਲ ਕਰਵਾ ਲਓ, ਨਾ ਮੇਰਾ ਕੋਈ ਐਕਸੀਡੈਂਟ ਹੋਊਗਾ ਨਾ ਮੇਰਾ ਕੋਈ ਹਾਦਸਾ ਹੋਊਗਾ, ਇਹਨਾਂ ਨੇ ਕਤਲ ਕਰਾਉਣਾ। ਸੋ ਆਪਾਂ ਕਫਨ ਲੈ ਕੇ ਤੁਰਿਓ ਆ, ਜਿੱਥੇ ਮਰਜ਼ੀ ਆ ਜਾਣਾ, ਹੁਣ ਮੈਂ ਜਾਊਂਗੀ ADGP ਕ੍ਰਾਈਮ ਦੇ ਸਾਹਮਣੇ ਵੀ ਤੂੰ ਇੱਦਾਂ ਕਿਉਂ ਕਤਲ ਕਰਾਉਣਾ, ਤੇਰੇ ਸਾਹਮਣੇ ਆਉਣੀ ਆ ਨਾ, ਤਾਂ ਕਿ ਮੀਡੀਆ ਨੂੰ ਵੀ ਔਰ ਪ੍ਰਸ਼ਾਸਨ ਨੂੰ ਇਹ ਤਾਂ ਪਤਾ ਲੱਗੇ ਨਾ ਵੀ ਕਤਲ ਕੀਤਾ ਕਿਹਨੇ ਆ। ਸਰ ਮੇਰੇ ਤੇ 13 ਪਰਚੇ ਦਰਜ ਕੀਤੇ ਜੋ ਸਾਰੇ ਖਤਮ ਹੋ ਗਏ, ਕੋਰਟ ਨੇ ਮੈਨੂੰ ਬਹੁਤ ਜ਼ਿਆਦਾ ਇਨਸਾਫ਼ ਦਿੱਤਾ, DGP ਨੇ ਮੈਨੂੰ ਬਚਾਇਆ, ਲੇਕਿਨ ਬਾਕੀ ਦੇ ਸਾਰੇ ਕੀ ਕਰਦੇ ਆ, ਇੱਕ ਬੰਦਾ ਇੰਨਾ ਦੌੜ ਨਹੀਂ ਸਕਦਾ ਜਿੰਨਾ ਮੈਂ ਦੌੜੀ ਆ, ਔਰ ਹੁਣ ਲਾਸਟ ਦੇ ਉੱਤੇ ਮੌਤ ਆ ਗਈ ਆ, ਤਾਂ ਫਿਰ ਮੌਤ ਨੂੰ ਤਾਂ ਮੈਂ ਫੇਸ ਕਰੂੰਗੀ ਨਾ, ਕਰੂੰਗੀ ਇਹਦੇ ਬੂਹੇ ਦੇ ਮੂਹਰੇ ਜਾ ਕੇ, ਏਦਾਂ ਨਹੀਂ। 53D ਸਰਾਭਾ ਨਗਰ, ਉਹਦੇ ਤੇ ਕਿਡਨੈਪਿੰਗ ਦਾ ਇਹਨਾਂ ਨੇ ਪਰਚਾ ਪਾਇਆ, ਉਹਦਾ ਐਕਸੀਡੈਂਟ ਹੋ ਗਿਆ, ਕਹਿੰਦੇ ਕਿ ਐਕਸੀਡੈਂਟ ਹੋ ਗਿਆ, ਜਦਕਿ ਅਸੀਂ ਜਦੋਂ ਪੜਤਾਲ ਤੇ ਬੈਠੇ ਸੀਗੇ ਤਾਂ ਇਹਨਾਂ ਨੇ ਸ਼ਰਮ ਕਿਹਾ ਸੀ ਮੈਡਮ ਸੰਧੂ ਨੂੰ, ਤੇ ਸਰਬਜੀਤ ਨੂੰ ਨਹੀਂ ਛੱਡਣਾ, 3 ਵਾਰ ਮੇਰੇ ਤੇ ਅਟੈਕ ਕਰਾਇਆ, ਮੈਂ ਬਚ ਗਈ, ਔਰ ਅਗਰ ਮੈਂ ਬਚ ਗਈ ਉਹ ਇਹਨਾਂ ਤੋਂ ਬਰਦਾਸ਼ਤ ਨਹੀਂ ਹੁਣ ਹੋ ਰਿਹਾ, ਜਾਂ ਮੇਰੇ ਸਾਹਮਣੇ ਆ ਜਾਣ ਅਗਰ ਮੈਂ ਝੂਠ ਬੋਲਦੀ ਹਾਂ ਨਾ। ਆਈ ਵਿਲ ਸਟਾਪ ਇਟ। ਮੈਡਮ ਜਿਹੜੇ ਤੁਹਾਡੇ ਪਰਚੇ ਕਰਦੇ ਉਸ ਤੋਂ ਦੌਰਾਨ ਤੁਸੀਂ ਜੇਲ੍ਹ ਚ ਵੀ ਗਏ ਹੋ ਕਿਤੇ? ਸਰ ਮੈਨੂੰ ਜੇਲ੍ਹ ਚ ਬੰਦ ਕਰਕੇ ਤੇ ਕਬਜ਼ੇ ਕੀਤੇ। ਅੱਛਾ, ਉਸ ਤੋਂ ਬਾਅਦ ਜਦੋਂ CM ਸਾਹਿਬ ਦੇ ਆਰਡਰ ਨਾਲ DGP ਇਨਕੁਆਇਰੀ ਕਰਨ ਲੱਗਾ, ਇਹਨਾਂ ਨੇ ਇੱਕ ਬੋਗਸ ਜਿਹਦਾ ਕੋਈ ਬੇਸ ਸੀ ਨਹੀਂ ਉਹਦੀ ਮੈਨੂੰ PO ਬਣਾਤਾ, ਇਹ ਮੈਨੂੰ ਕਹਿਣ ਤੂੰ ਪਾਸੇ ਹੋ ਜਾ, ਕਿਉਂ ਪਾਸੇ ਹੋ ਜਾਵਾਂ, ਕਰ ਦੋ ਜੇਲ੍ਹ ਚ ਬੰਦ। ਅੱਗੇ ਜੇਲ੍ਹਾਂ ਮਾਲਕ ਮਕਾਨਾਂ ਲਈ ਹੀ ਬਣੀਆਂ ਹੋਈਆਂ, ਤਾਂ ਫਿਰ ਕ੍ਰਿਮੀਨਲਸ ਨੂੰ ਅੱਗੇ ਰੱਖਣਗੇ ਤਾਂ ਪਬਲਿਕ ਕਿੱਥੇ ਜੀਊਗੀ? ਮੈਡਮ ਤੁਹਾਨੂੰ ਕੀ ਲੱਗਦਾ ਹੈ ਇਹਦੇ ਵਿੱਚ ਪੰਜਾਬ ਸਰਕਾਰ ਜਾਂ ਕਾਂਗਰਸ ਸਰਕਾਰ ਦੋਨੇ ਹੀ ਯਾਨੀ ਫੇਲ ਹੋ ਰਹੀਆਂ ਨੇ? ਸਰ ਇੱਕ ਗੱਲ ਦੱਸੋ, ਚੀਫ ਮਿਨਿਸਟਰ ਨੇ ਮੇਰੇ ਕੋਲ ਕਿੰਨੀਆਂ ਚਿੱਠੀਆਂ ਪਈਆਂ, 31 ਦਿਨ ਚਿੱਠੀ ਆ ਜਾਂਦੀ ਆ, ਪਹਿਲ ਦੇ ਆਧਾਰ ਤੇ ਇਹਨੂੰ ਇਨਸਾਫ਼ ਦਿਓ, ਕਿਉਂ ਨਹੀਂ ਦਿੰਦੇ?
ਕਤਲ ਹੋਣ ਤੋਂ ਬਾਅਦ ਦੇਣਗੇ ਫਿਰ ਲਿਖ ਦੇਣਗੇ ਕੋਈ ਅਣਪਛਾਤਾ ਵਾਹਨ ਟੱਕਰ ਮਾਰ ਗਿਆ ਜਾਂ ਇਹਦਾ ਜੀ ਫਲਾਣੇ ਨਾਲ ਝਗੜਾ ਸੀਗਾ ਉਹਨੇ ਮਾਰ ਦਿੱਤਾ। ਸੋ ਇਹ ਨੀ ਸਭ ਹੋਣਾ, ਹੁਣ ਐਂਡ ਆ ਗਿਆ, ਇਸ ਦਾ ਐਂਡ ਆਫ ਲਾਈਫ, ਕੇਸ ਜਿੱਤ ਲਏ, ਇਨਕੁਆਇਰੀਆਂ ਜਿੱਤ ਲਈਆਂ, ਨਿਰਦੋਸ਼ ਹੋ ਗਏ, ਸਭ ਕੁਛ ਹੋ ਗਿਆ। ਆਪਣਾ ਘਰ ਜਿਹੜਾ ਮੈਂ ਕੋਰਟ ਤੋਂ ਜਿੱਤਿਆ, ਐਸਾ ਕਿਹੜਾ ਕਾਨੂੰਨ ਹੈਗਾ ਕਿ ਤੁਸੀਂ ਆਪਣਾ ਹੀ ਘਰ ਕੋਰਟ ਤੋਂ ਜਿੱਤੋ? 1978 ਚ ਉਹ ਘਰ ਬਣਿਆ ਸੀ ਜਿਹੜਾ ਇਸ ਜਸਵਿੰਦਰ ਜੱਸੀ ਜਿਹੜਾ ਫਾਈਨੈਂਸਰ ਕਹਿੰਦਾ ਆਪਣੇ ਆਪ ਨੂੰ, 5 ਲੱਖ ਚ ਕਹਿੰਦਾ ਮੈਡਮ ਸੰਧੂ ਨੇ ਘਰ ਵੇਚ ਦਿੱਤਾ। ਸੋ ਬਹੁਤ ਹੋ ਗਈ ਸਰ ਸਾਡੇ ਨਾਲ ਤਾਂ, ਬਹੁਤ ਹੀ ਜ਼ਿਆਦਾ ਹੋ ਗਈ। ਕਾਰੋਬਾਰ ਬਰਬਾਦ ਹੋਇਆ, ਘਰ ਬਰਬਾਦ, ਮੇਰੇ ਗਹਿਣੇ ਲਾ ਲਏ SHO ਨੇ। ਉਹਨੂੰ SHO ਕਹੋਗੇ ਸਰ ਤੁਸੀਂ? 52 ਨੰਬਰ FIR ਮਾਡਲ ਟਾਊਨ ਥਾਣੇ ਚ ਉਹਦੇ ਤੇ ਦਰਜ ਹੋਈ। ਐਸਾ ਕਿਹੜਾ SHO ਆ ਜਿਹੜਾ ਕਿਸੇ ਔਰਤ ਦੇ, ਚਲੋ ਅਰੈਸਟ ਕਰਨਾ ਕਰ ਲੋ। ਸਰ ਮੇਰੇ ਹਾਈ ਕੋਰਟ ਤੋਂ ਬਲੈਂਕਟ ਬੇਲ ਹੋਈ ਸੀ, ਇਹਨੇ ਉਹ ਪਾੜ ਕੇ ਸੁੱਟ ਦਿੱਤੀ। ਕਹਿੰਦਾ ਇਹ ਜੇ ਕਾਗਜ਼ ਤਾਂ ਅਸੀਂ ਪਾੜ ਕੇ ਪੈਰਾਂ ਚ ਸੁੱਟਦੇ ਆ, ਜਦ ਇਹ ਹਾਈ ਕੋਰਟ ਨੂੰ ਮੰਨਦੇ ਹੀ ਨਹੀਂ ਤਾਂ ਫਿਰ ਸਾਡੇ ਲੋਕਾਂ ਨੇ ਕਿਹਦੇ ਤੋਂ ਪ੍ਰੋਟੈਕਸ਼ਨ ਲੈਣੀ ਆ, ਮੈਨੂੰ ਇਹ ਦੱਸ ਦੋ। ਠੀਕ ਆ, ਠੀਕ ਆ। ਬਹੁਤ ਵੱਡਾ ਲੈਂਡਮਾਰਕ ਜਿਹਾ ਬਣਿਆ ਹੋਇਆ, ਉਹਦਾ ਐਸਪੀ ਜਿਹੜਾ ਹੈਗਾ ਗੁਰੂ ਆ ਭਾਰਤ ਭੂਸ਼ਣ ਆਸ਼ੂ, ਭਾਰਤ ਭੂਸ਼ਣ ਆਸ਼ੂ ਦਾ ਸੀਗਾ। ਉਸ ਗੱਲ ਤੋਂ ਲੈ ਕੇ ਅੱਜ ਤੱਕ ਅਸੀਂ ਲਗਾਤਾਰ ਵੱਖ ਵੱਖ ਮੁੱਦਿਆਂ ਦੇ ਨਾਲ ਚੱਲ ਰਹੇ ਹਾਂ ਤਾਂ ਕਿ ਸਰਕਾਰ ਨੂੰ ਮਜ਼ਬੂਤ ਕਰੀਏ। ਜਾਨ ਦਰਜ ਕਰਾਉਣ, ਮਜਿਸਟਰ ਸਾਹਿਬ ਉਹਨਾਂ ਦੋਨੇ ਆਡੀਓ ਦੇ ਜਾਨ ਜਿਹੜਾ ਕਲਪਨ ਕਰਕੇ ਔਰ ਉਹਦੀ ਵਾਇਸ ਜਿਹੜੀ ਹੈਗੀ ਉਹਦੇ ਸੈਂਪਲ ਲੈ ਕੇ ਫੋਰੈਂਸਿਕ ਸਾਇੰਸ ਨੂੰ ਪੰਜਾਬ ਦੀ ਉਹਨਾਂ ਨੇ ਹੈਦਰਾਬਾਦ ਨੂੰ ਭੇਜਿਆ ਤਾਂ ਜਾ ਕੇ ਪਤਾ ਲੱਗੂ ਪੰਜਾਬ ਵਿੱਚ ਕੌਣ ਕੀ ਕਰਵਾਇਆ। ਮੇਅਰ ਸਾਹਿਬ ਬਿਲਕੁਲ ਸੋਚਦੇ ਨੇ, ਮੇਅਰ ਸਾਹਿਬ ਨੂੰ ਪੁੱਛਿਆ ਕਿ ਆਹ ਉਹਨਾਂ ਦਾ ਕਮਿਸ਼ਨਰ ਆ ਜਿਹੜਾ ਲੁਧਿਆਣਾ ਦਾ ਕਮਿਸ਼ਨਰ ਆ ਤੁਹਾਡੇ ਜਿਹੜੇ ਹੁਕਮ ਲੈ ਗਏ ਨਜਾਇਜ਼ ਉਸਾਰੀਆਂ ਦੱਸੀਆਂ ਸਥਾਨਕ ਸਰਕਾਰਾਂ ਵੱਲੋਂ, ਸਥਾਨਕ ਸਰਕਾਰਾਂ ਵੱਲੋਂ ਹੋਏ ਹੁਕਮਾਂ ਅਨੁਸਾਰ ਲੁਧਿਆਣਾ ਸ਼ਹਿਰ ਵਿੱਚ ਪਹੁੰਚਾ ਨਜਾਇਜ਼ ਉਸਾਰੀਆਂ ਦਾ ਸਰਵੇ ਕੀਤਾ ਜਾਣਾ ਹੈ। ਇਸ ਸਰਵੇ ਸੰਬੰਧੀ ਰਿਪੋਰਟ ਸ੍ਰੀ ਬਲਵਿੰਦਰ ਸਿੰਘ ਸੇਖੋਂ DSP ਨਗਰ ਨਿਗਮ ਲੁਧਿਆਣਾ ਵੱਲੋਂ ਤਿਆਰ ਕੀਤੀ ਜਾਣੀ ਹੈ। ਇਸ ਸੰਬੰਧੀ ਹੇਠ ਲਿਖੇ ਉਸਾਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਇਸ ਕਮੇਟੀ ਦੀ ਇਹ ਕਮੇਟੀ DSP ਨੂੰ ਨਜਾਇਜ਼ ਉਸਾਰੀਆਂ ਦੇ ਸਰਵੇ ਕਰਾਉਣ ਵਿੱਚ ਭਰਪੂਰ ਸਹਿਯੋਗ ਦੇਵੇਗੀ ਅਤੇ 3 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰੂਗੀ। ਉਹਦੇ ਵਿੱਚ ਕਿਹੜੇ ਕਿਹੜੇ ਸੀ? ਹਰਪਾਲ ਸਿੰਘ ਭੁੱਲਰ, ਵਿਜੇ ਕੁਮਾਰ, ਗੁਰਮੀਤ ਸਿੰਘ ਕਾਨੂੰ, ਬਲਵਿੰਦਰ ਸਿੰਘ ਪਟਵਾਰੀ। ਇਹ ਆਰਡਰ ਜਿਹੜੇ ਹੋਏ ਨੇ 31/7/2018 ਨੂੰ ਜਾਰੀ ਹੋਏ ਨੇ। 31/7/2018 ਨੂੰ ਮੀਮੋ ਨੰਬਰ 114 PS ਦੇ ਤਹਿਤ ਜਾਰੀ ਹੋਏ ਨੇ। ਉਸੇ ਦਿਨ ਸੇਮ ਦਿਨ ਮੇਰੀ ਸੋਚ ਤਾਂ ਸਹੀ ਨਾ, ਡਾਕੂਮੈਂਟ ਮੇਰੇ ਨੀ ਬਣਾਏ ਹੋਏ, ਇਹ ਕਮਿਸ਼ਨਰ ਸਾਹਿਬ ਨੇ ਬਣਾਏ ਹੋਏ ਨੇ। ਉਸੇ ਦਿਨ ਸੇਮ ਦੇ 31/7/2018 ਨੂੰ ਮੀਮੋ ਨੰਬਰ 115 PS ਕਿਹਾ ਗਿਆ
ਜਿਹੜੀ ਨਜਾਇਜ਼ ਉਸਾਰੀ ਲਈ ਕਮੇਟੀ ਬਣਾਈ ਸੀ ਉਹ ਰੱਦ ਕੀਤੀ ਜਾਂਦੀ, ਕੀ ਕਾਰਨ ਸੀਗਾ? ਕਮਿਸ਼ਨਰ ਸਾਹਿਬ ਤੇ ਕਿਹੜਾ ਦਬਾਅ ਆ ਗਿਆ ਸੀ ਘੰਟੇ ਦੇ ਵਿੱਚ ਜੋ ਇਨਕੁਆਇਰੀ ਕਮੇਟੀ ਰੱਦ ਕੀਤੀ ਗਈ? ਇੱਕ ਤਾਂ ਸਪਸ਼ਟ ਆ ਕਿ ਸਾਰਾ ਜਿਹੜਾ ਪ੍ਰਸ਼ਾਸਨ ਹੈ ਇੱਥੇ ਦਾ ਜਿਹੜੇ ਆਫਿਸਰ ਨੇਗੇ ਉਹ ਸਾਰੇ ਇਸ ਕਬਲੇ ਚ ਰਲੇ ਹੋਏ ਨੇਗੇ, ਸਾਰੇ ਕਬਲੇ ਦਬਾਉਣਾ ਚਾਹੁੰਦੇ ਨੇਗੇ ਪਰ ਆਮ ਆਦਮੀ ਪਾਰਟੀ ਨੂੰ ਅੰਜਾਮ ਤੱਕ ਲੈ ਕੇ ਜਾਵੇ, ਲੋਕਾਂ ਦੀ ਲੜਾਈ ਲੜਦੀ ਰਹੋ। ਦਿੱਲੀ ਤੁਹਾਡਾ ਗਠਜੋੜ ਹੋ ਰਿਹਾ ਹੈ ਆਮ ਆਦਮੀ ਪਾਰਟੀ ਨਾਲ, ਆਪਣਾ ਕਾਂਗਰਸ ਨਾਲ ਤੁਹਾਡਾ ਕੀ ਕਰਨਾ? ਦੇਖੋ ਮੈਨੂੰ ਤੁਹਾਡੇ ਜਿੱਥੇ ਪਤਾ ਲੱਗਿਆ ਗਠਜੋੜ ਹੋ ਰਿਹਾ, ਪਰ ਮੈਨੂੰ ਆਜ ਆਫਿਸ ਲਈ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ, ਜਦੋਂ ਮੈਨੂੰ ਆਫਿਸ਼ੀਅਲੀ ਪਤਾ ਲੱਗ ਗਿਆ ਫਿਰ ਮੈਂ ਇੱਕ ਮਿੰਟ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਮੈਨੂੰ ਤੁਹਾਡੇ ਜ਼ਰੀਏ ਪਤਾ ਲੱਗਿਆ, ਆਫਿਸ਼ੀਅਲੀ ਮੈਨੂੰ ਕੁਛ ਨਹੀਂ ਪਤਾ, ਜਦੋਂ ਆਫਿਸ਼ੀਅਲੀ ਮੈਨੂੰ ਪਤਾ ਲੱਗਿਆ ਮੈਂ ਤੇ ਇੱਕ ਮਿੰਟ। ਲੇਕਿਨ ਜੇ ਹੁੰਦਾ ਆਸ਼ਵਾਸ ਅਸਤੀਫਾ ਫਿਰ ਮੰਗੋਗੇ? ਆਸ਼ਵਾਸ ਅਸਤੀਫਾ ਮੰਗ ਰਹੇ ਹੋ, ਤੁਹਾਨੂੰ ਤੁਹਾਡਾ ਕੀ ਹੋ ਰਿਹਾ? ਅਸਤੀਫਾ ਮੰਗ ਰਹੇ ਹੈ ਕਿ ਪੰਜਾਬ ਨੇ ਐਸੇ ਪ੍ਰੈਸ ਮੰਤਰੀ ਕੋ ਬਰਖਾਸਤ ਕੀਤਾ ਜਾਏ, ਉਨਕੇ ਖਿਲਾਫ਼ ਜੋ ਲੋਕ ਕਿਤਨੇ ਆਕੇ ਹੋ ਰਹੇ ਹੈ, ਕਹਾਂ ਕਹਾਂ ਇਹਨਾਂ ਨੂੰ ਲੱਗਿਆ ਹੋਇਆ। ਦੇਖੋ ਜਿਹੜਾ ਵੀ ਕਰਪਸ਼ਨ ਕਰਦਾ ਚਾਹੇ ਕੋਈ ਵੀ ਆ, ਚਾਹੇ ਉਹ ਆਮ ਆਦਮੀ ਪਾਰਟੀ ਦਾ ਬੰਦਾ ਚਾਹੇ ਮੈਂ ਆ ਜਾਂ ਕੋਈ ਹੋਰ ਆ, ਜਿਹੜਾ ਕਰਪਸ਼ਨ ਕਰਦਾ ਆਮ ਆਦਮੀ ਪਾਰਟੀ ਦਾ ਪਹਿਲਾ ਮੁੱਦਾ ਉਹਦੇ ਖਿਲਾਫ਼ ਅਸੀਂ ਲੜਦੇ ਰਹਾਂਗੇ, ਲੜਾਂਗੇ। ਦੇਖੋ ਫਾਈਨਲ ਅਜੇ ਹੋਈ ਜੀ, ਗੱਲਬਾਤ ਚੱਲ ਰਹੀ ਹੈ ਬੜੇ ਜਲਦੀ ਫਾਈਨਲ ਹੋ ਜਾਣੀ, ਸੀਟਾਂ ਦਾ ਮੁਕੰਮਲ ਜਿਹੜਾ ਹੈਗਾ ਮੱਥਾ ਤਿਆਰ ਹੋਊਗਾ। ਲਗਾਤਾਰ ਅਕਾਲੀ ਦਲ ਬੀਜੇਪੀ ਨੇ ਭ੍ਰਿਸ਼ਟਾਚਾਰ ਕੀਤੇ 10 ਸਾਲ, ਪਰ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਚਾਹੁੰਦਾ, ਲਗਾਤਾਰ ਭ੍ਰਿਸ਼ਟਾਚਾਰ ਦੇ ਖਿਲਾਫ਼ ਗੱਲ ਕਰਦੇ ਨੇ ਇਸ ਮਾਮਲੇ ਲੈ ਕੇ, ਕਿਉਂ ਜਿੱਤਣੇ ਰਵਿੰਦਰ ਸਿੰਘ ਬੈਂਸ ਬਿਲਕੁਲ ਚੁੱਕਣੇ, ਕਿਉਂ ਚੁੱਕਣੇ? ਭਾਰਤ ਭੂਸ਼ਣ ਆਸ ਨੂੰ ਬਚਾ ਨਹੀਂ ਰਹੇ, ਇਸ ਤੋਂ ਸਪਸ਼ਟ ਆ ਜਿਹੜੇ 2 ਲੈਟਰ ਨੇਗੇ, ਔਰ ਮੈਂ ਤੁਹਾਨੂੰ ਆਡੀਓ ਹੋਰ ਸੁਣਾਉਂਗਾ ਜਦੋਂ ਸਾਡੀ ਹੋਰ ਦੇ ਕੇ ਜਾਊਂਗਾ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਆਫਿਸਰ ਨੇ ਉਹ ਚ ਲਵਾਉਣ। ਆਮ ਆਦਮੀ ਪਾਰਟੀ ਕਾਂਗਰਸ ਦੀ ਸਰਕਾਰ ਆਈ, ਸਾਡੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ, ਜਿਹਨਾਂ ਨੇ ਸਾਡੇ ਦੇਸ਼ ਨੂੰ ਮੁੱਕ ਕੇ ਬਰਬਾਦ ਕਰ ਦਿੱਤਾ, ਲੋਕ ਅਮੀਰ ਹੋ ਜਾਂਦੇ ਨੇ ਦੇਸ਼। ਮਨਚੈਨ ਸਿੰਘ ਦੁਜਾਨ ਦਿਹਾਤੀ ਦਾ ਪ੍ਰਧਾਨ, ਅੱਜ ਕੋਚਨ ਮਾਰਕੀਟ ਦੇ ਵਿੱਚ ਭਾਰਤ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ਼ ਆਮ ਆਦਮੀ ਪਾਰਟੀ ਵੱਲੋਂ ਇੱਕ ਰੋਸ ਪ੍ਰਦਰਸ਼ਨ ਧਰਨਾ ਪ੍ਰਦਰਸ਼ਨ ਕੀਤਾ ਗਿਆ, ਉਹਦੇ ਘਰ ਦਾ ਕੋਠੀ ਦਾ ਘਿਰਾਓ ਕੀਤਾ ਗਿਆ, ਜਿਸ ਦੇ ਵਿੱਚ ਉਸਨੇ ਜੋ ਮਿਊਂਸੀਪਲ ਕਾਰਪੋਰੇਸ਼ਨ ਦੇ ਜੋ ਅਧਿਕਾਰੀ ਉਹਨਾਂ ਨੂੰ ਧਮਕਾਇਆ ਅਤੇ ਅਦਾਲਤ ਦੇ ਹੁਕਮਾਂ ਨੂੰ ਮਿੱਟੇ 'ਚ ਮੰਨਦੇ ਹੋਇਆ ਅਤੇ ਉਹਦੀਆਂ ਵਧੀਕੀਆਂ ਦੇ ਖਿਲਾਫ਼ ਆਮ ਆਦਮੀ ਪਾਰਟੀ ਨੇ ਅੱਜ ਧਰਨਾ ਲਾਇਆ ਅਤੇ ਉਸ ਦੇ ਥਰੂ ਸਾਨੂੰ ਅਤੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵੱਡੇ ਵੱਡੇ ਲੀਡਰ ਨੇ ਸਾਰਿਆਂ ਨੂੰ ਸਾਨੂੰ ਗ੍ਰਿਫਤਾਰੀਆਂ ਦੇਣੀਆਂ ਪਈਆਂ। ਅੱਜ ਹੁਣ ਮੈਂ ਵੀ ਉੱਥੋਂ ਗ੍ਰਿਫਤਾਰੀ ਦੇ ਕੇ ਆ ਰਿਹਾ ਹਾਂ ਅਤੇ ਮੈਂ ਕੈਪਟਨ ਸਰਕਾਰ ਨੂੰ ਅਤੇ ਦੱਸਣਾ ਚਾਹੁੰਦਾ ਵੀ ਅਸੀਂ ਇਹਨਾਂ ਗ੍ਰਿਫਤਾਰੀਆਂ ਤੋਂ ਡਰਨ ਵਾਲੇ ਨਹੀਂ ਹਾਂ। ਜਿੱਥੇ ਵੀ ਕੈਪਟਨ ਸਰਕਾਰ ਜਾਂ ਉਹਨਾਂ ਦੇ ਮੰਤਰੀ ਕਿਸੇ ਵੀ
ਆਮ ਆਦਮੀ ਨਾਲ ਧੱਕਾ ਕਰਨਗੇ। ਆਮ ਆਦਮੀ ਪਾਰਟੀ ਉਹਨਾਂ ਦੇ ਹੱਕਾਂ ਵਾਸਤੇ ਹਮੇਸ਼ਾ ਗ੍ਰਿਫਤਾਰੀਆਂ ਦੇਣ ਨੂੰ ਤਿਆਰ ਆ ਤੇ ਹਮੇਸ਼ਾ ਲੜਨ ਵਾਸਤੇ ਤਿਆਰ ਆ।